ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਡਾਕਟਰ ਭਾਨੂ ਪ੍ਰਤਾਪ ਸਿੰਘ ਸਰੂਜਾ, ਆਈਵੀ ਹਸਪੀਟਲ ਮੋਹਾਲੀ ਸੈਕਟਰ 1, ਡਾਇਰੈਕਟਰ ਐਂਡ ਹੈੱਡ ਜੁਆਇੰਟ ਰਿਪਲੇਸਮੈਂਟ ਕਾਰਿਆਰਤ ਹੈਗਾ। ਅੱਜ ਅਸੀਂ ਆਪਣੇ ਬਾਰੇ ਥੋੜ੍ਹਾ ਰੂਬਰੂ ਕਰਾਂਗੇ ਤੁਹਾਨੂੰ, ਅਤੇ ਨਾਲ ਦੇ ਨਾਲ ਕੁਝ ਸਮੱਸਿਆ ਜਿਹਦੇ ਬਾਰੇ ਅਸੀਂ ਡੇਲੀ ਡੀਲ ਕਰਦੇ ਹਾਂ। ਮੈਂ ਪਿਛਲੇ 1 ਸਾਲ ਤੋਂ ਆਈਵੀ ਹਸਪੀਟਲ ਮੋਹਾਲੀ ਵਿੱਚ ਐਜ਼ ਅ ਡਾਇਰੈਕਟਰ ਐਂਡ ਹੈੱਡ ਜੁਆਇੰਟ ਰਿਪਲੇਸਮੈਂਟ ਆਪਣੀਆਂ ਸੇਵਾਵਾਂ ਦੇ ਰਿਹਾ, ਅਤੇ ਅਸੀਂ ਜੋੜਾਂ ਦੀ ਹਰ ਪ੍ਰਕਾਰ ਦੀ ਤਕਲੀਫ ਨੂੰ ਡੀਲ ਕਰਦੇ ਹਾਂ ਅਤੇ ਉਹਦਾ 100% ਨਿਵਾਰਨ ਕਰਕੇ ਆਪਣੇ ਪੇਸ਼ੈਂਟਸ ਨੂੰ ਦਿੰਦੇ ਹਾਂ। ਸਾਡੀ ਬੇਸਿਕ ਟ੍ਰੇਨਿੰਗ ਜ਼ਿਆਦਾਤਰ ਅਬਰੋਡ ਹੋਈ ਹੈ। ਕਾਫੀ ਸਮੇਂ ਆਪਾਂ ਆਸਟ੍ਰੇਲੀਆ, ਜਰਮਨੀ, ਇੰਗਲੈਂਡ ਬਿਤਾਇਆ ਹੈ, ਅਤੇ ਖਾਸਕਰ ਜੁਆਇੰਟ ਰਿਪਲੇਸਮੈਂਟ ਵਿੱਚ ਇੱਕ ਲੰਬਾ ਅਨੁਭਵ ਲੈ ਕੇ ਇਸ ਵੇਲੇ ਆਈਵੀ ਹਸਪਤਾਲ ਨੂੰ ਆਪਣੀ ਸੇਵਾਵਾਂ ਦੇ ਰਹੇ ਹਾਂ। ਜਿਹੜੀ ਅੱਜ ਕੱਲ੍ਹ ਬੇਸਿਕ ਪ੍ਰੋਬਲਮ ਅਸੀਂ ਦੇਖਦੇ ਹਾਂ ਕਿ ਮੈਜੋਰਿਟੀ ਲੋਕ ਜੋੜਾਂ ਦੀ ਪ੍ਰੋਬਲਮ ਨਾਲ ਬਹੁਤ ਤੰਗ ਹੈਗੇ, ਖਾਸਕਰ ਨੀ ਜੁਆਇੰਟ ਪ੍ਰੋਬਲਮਸ, ਹਿਪ ਜੁਆਇੰਟ ਪ੍ਰੋਬਲਮਸ ਹੈ, ਬਹੁਤ ਕਾਮਨ ਹੈਗੀਆਂ। ਕਾਰਨ ਕਿ ਪੰਜਾਬ ਵਿੱਚ ਜਾਂ ਜਿਹੜੇ ਸਟੇਟ ਵਿੱਚ ਅਸੀਂ ਰਹਿ ਰਹੇ ਹਾਂ, ਉੱਥੇ 2-4 ਚੀਜ਼ਾਂ ਦਾ ਕਾਫੀ ਇਨਫਲੂਐਂਸ ਹੈਗਾ। ਜਿਹੜਾ ਸਭ ਤੋਂ ਵੱਡਾ ਇਨਫਲੂਐਂਸ ਹੈ ਉਹ ਡਾਇਟਰੀ ਇਨਫਲੂਐਂਸ ਹੈ, ਜਿਹਦੇ ਕਰਕੇ ਲੋਕਾਂ ਦਾ ਅਮੂਮਨ ਕੰਟਰੋਲ ਆਪਣੇ ਵੇਟ ਉੱਤੇ ਨਹੀਂ ਰਹਿੰਦਾ, ਜਿਹਦੇ ਕਰਕੇ ਓਵਰ ਅ ਪੀਰੀਅਡ ਆਫ ਟਾਈਮ ਉਹਨਾਂ ਦੇ ਜੋੜ ਕੇ ਜਾਂਦੇ ਨੇ, ਔਰ ਫਿਰ ਉਹਨਾਂ ਦੀ ਲਾਈਫ ਸਟਾਈਲ ਵਿੱਚ ਕਾਫੀ ਵਾਧਾ ਬਣ ਕੇ ਤੰਗ ਕਰਦੇ ਨੇ। ਤਾਂ ਅਸੀਂ ਜਿਹੜੀ ਸਰਜਰੀਜ਼ ਜੁਆਇੰਟਸ ਵਿੱਚ ਕਰ ਰਹੇ ਹਾਂ ਉਹ ਆਪਣੀ ਓਨ ਟੈਕਨੀਕ, ਜਿਹਨੂੰ TMT ਟੈਕਨੀਕ ਕਹਿੰਦੇ ਹਾਂ, ਟਰੂ ਮੋਸ਼ਨ ਟੈਕਨੀਕ, ਜਿਹਨੂੰ ਅਸੀਂ ਖੁਦ ਆਪਣੇ 15-20 ਸਾਲ ਦੇ ਐਕਸਪੀਰੀਅੰਸ ਨਾਲ ਡਿਜ਼ਾਈਨ ਕੀਤੀ ਹੈ, ਉਹਦੇ ਨਾਲ ਇਹ ਸਰਜਰੀ ਅਸੀਂ ਕਰਕੇ ਦੇ ਰਹੇ ਹਾਂ। ਟਰੂ ਮੋਸ਼ਨ ਟੈਕਨੀਕ ਦਾ ਮਤਲਬ ਹੀ ਹੈ ਕਿ ਜਿਹੜਾ ਨੋਰਮਲ ਮੋਸ਼ਨ ਹੁੰਦਾ ਹੈ ਜੁਆਇੰਟ ਦਾ, ਅਸੀਂ ਉਹ ਇਸ ਸਰਜਰੀ ਦੇ ਨਾਲ ਪੇਸ਼ੈਂਟ ਨੂੰ ਵਾਪਸ ਕਰ ਦਿੰਦੇ ਹਾਂ। ਅਤੇ ਜਿਹੜਾ 15-20 ਸਾਲ ਵਿੱਚ ਅਸੀਂ ਨਿਚੋੜ ਕੱਢਿਆ ਹੈ ਕਿ ਜੇ ਜੋੜਾਂ ਦੀ ਕੋਈ ਤਕਲੀਫ ਹੈ, ਗੋਡੇ ਦੀ ਕੋਈ ਤਕਲੀਫ ਹੈ, ਔਰ ਕੋਈ ਪੇਸ਼ੈਂਟ ਇਹ ਸੋਚ ਰਿਹਾ ਕਿ ਹੁਣ ਉਹਨੂੰ ਆਪਣੇ ਗੋਡੇ ਬਦਲਵਾਉਣੇ ਨੇ ਜਾਂ ਕੂਲਾ ਬਦਲਵਾਉਣਾ ਹੈ, ਅਤੇ ਉਹਨੂੰ ਬਿਲਕੁਲ ਸਿੰਪਲ ਔਰ ਸਰਲ ਤਕਨੀਕ ਨਾਲ ਕੀਤਾ ਜਾ ਰਿਹਾ। ਇਸ ਟੈਕਨੀਕ ਵਿੱਚ 4-4.5 ਇੰਚ ਦਾ ਚੀਰਾ ਰਹਿੰਦਾ ਹੈ, ਪਿਸ਼ਾਬ ਦੀ ਨਲੀ ਨਹੀਂ ਪੈਂਦੀ, ਖੂਨ ਦੀ ਨਲੀ ਨਹੀਂ ਪੈਂਦੀ, ਰੀੜ੍ਹ ਦੀ ਹੱਡੀ ਵਿੱਚ ਐਪੀਡਿਊਰਲ ਦਾ ਕੋਈ ਕੰਸੈਪਟ ਨਹੀਂ ਹੈਗਾ। ਓਪਰੇਸ਼ਨ ਦੇ 4-6 ਘੰਟੇ ਵਿੱਚ ਪੇਸ਼ੈਂਟ ਨੂੰ ਖੜ੍ਹਾ ਕਰ ਦਿੱਤਾ ਜਾਂਦਾ ਹੈ ਅਤੇ ਸਟੈਪਸ ਚਲਾ ਦਿੱਤੇ ਜਾਂਦੇ ਨੇ। ਆਪਣੀ ਇਸ ਸਰਜਰੀ ਵਿੱਚ ਜਿਹੜੇ ਵੀ ਪੇਸ਼ੈਂਟ ਜਿਨ੍ਹਾਂ ਨੂੰ ਕੋਈ ਕੋਮੋਰਬਿਡਿਟੀ ਨਹੀਂ ਹੈ, ਉਹਨਾਂ ਨੂੰ ICU ਵਿੱਚ ਰਹਿਣ ਦਾ ਲੋੜ ਨਹੀਂ ਪੈਂਦੀ, ਪੇਸ਼ੈਂਟ ਸੇਮ ਡੇ ਆਪਣੇ ਕਮਰੇ 'ਚ ਵਾਪਸ ਜਾ ਸਕਦਾ। ਇੱਕ ਦਿਨ ਵਾਕਰ ਦੇ ਨਾਲ ਅਤੇ ਦੂਜੇ ਤੀਜੇ ਦਿਨ ਤੋਂ ਪੇਸ਼ੈਂਟ ਆਪਣੇ ਆਪ ਵਿਦਆਊਟ ਵਾਕਰ ਖੜ੍ਹਾ ਹੋ ਕੇ ਚੱਲ ਸਕਦਾ ਹੈ, ਦੂਜੇ ਤੀਜੇ ਦਿਨ ਤੋਂ ਪੌੜੀਆਂ ਕਰ ਸਕਦਾ ਹੈ। ਜਿਹੜੀ ਸਭ ਤੋਂ ਵੱਡੀ ਚੀਜ਼ ਜਾਂ ਸਭ ਤੋਂ ਵੱਡੀ ਡਿਵੈਲਪਮੈਂਟ ਕੀਤੀ ਸੀ ਮੈਂ ਇਸ ਪਰਟੀਕੁਲਰ ਸਰਜਰੀ ਵਿੱਚ, ਕਿ ਅੱਜ ਤੋਂ 3 ਸਾਲ ਪਹਿਲਾਂ ਚੀਰੇ ਵਾਲੀ ਥਾਂ 'ਤੇ ਟਾਂਕੇ ਲਾਉਣੇ ਮੈਂ ਬੰਦ ਕਰਤੇ ਸੀਗੇ, ਅਤੇ ਲਗਭਗ 5,000 ਤੋਂ ਜ਼ਿਆਦਾ ਸਰਜਰੀਆਂ ਇਸ ਟੈਕਨੀਕ ਨਾਲ ਕੀਤੀ ਹੈ, ਜਿਹਨੂੰ ਸਟਿਚਲੈਸ ਨੀ ਰਿਪਲੇਸਮੈਂਟ ਕਹਿੰਦੇ ਹਾਂ ਅਸੀਂ, ਅਤੇ ਚੀਰੇ ਵਾਲੀ ਥਾਂ 'ਤੇ ਕੋਈ ਟਾਂਕਾ ਨਹੀਂ ਆਉਂਦਾ। ਇਹਦੇ 2-3 ਫਾਇਦੇ ਨੇ ਜੋ ਪੇਸ਼ੈਂਟ ਨੂੰ ਹੁੰਦਾ ਵੈ, ਕਿ ਪੇਸ਼ੈਂਟ ਨੂੰ ਆਉਣ ਦੀ ਲੋੜ ਨਹੀਂ ਪੈਂਦੀ ਚੀਰੇ ਵਾਲੀ ਥਾਂ 'ਤੇ, ਜਿਹੜੇ ਟਾਂਕੇ ਨਹੀਂ ਲੱਗਦੇ ਉਹਦੇ ਕਰਕੇ ਕਟਾਉਣ ਦੀ ਕੋਈ ਲੋੜ ਨਹੀਂ ਪੈਂਦੀ, ਉਹਦਾ ਕੋਈ ਦਰਦ ਨਹੀਂ ਹੁੰਦਾ, ਅਤੇ ਟਾਂਕੇ ਪੱਕਣ ਦੇ ਚਾਂਸਿਸ ਬਿਲਕੁਲ ਨੈਗਲੀਜੀਬਲ ਔਰ 0 ਹੋ ਜਾਂਦੇ ਨੇ। ਅਤੇ ਮੈਂ ਤਾਂ ਇਹੀ ਕਹਾਂਗਾ ਕਿ ਅੱਜ ਦੀ ਡੇਟ ਵਿੱਚ ਜੇ ਇਸ ਸਰਜਰੀ ਤੋਂ ਬਚਣਾ ਵੈ ਤਾਂ ਸਭ ਤੋਂ ਪਹਿਲਾਂ ਆਪਣੇ ਖਾਣ ਪਾਣ ਔਰ ਆਪਣੇ ਲਾਈਫ ਸਟਾਈਲ ਮੋਡੀਫਿਕੇਸ਼ਨਸ 'ਤੇ ਧਿਆਨ ਦਿਓ। ਅਮੂਮਨ 40-45 ਸਾਲ ਦੀ ਉਮਰ ਤੋਂ ਇਹ ਤਕਲੀਫ ਹੋਣੀ ਸ਼ੁਰੂ ਹੁੰਦੀ ਹੈ ਵੈ, ਅਤੇ ਉਸ ਪਰਟੀਕੁਲਰ ਏਜ ਵਿੱਚ ਆਪਣੀ ਨੋਰਮਲ ਸਕਰੀਨਿੰਗ ਜ਼ਰੂਰ ਕਰਾਓ, ਐਕਸਰੇ ਕਰਾਓ ਗੋਡਿਆਂ ਦੇ, ਕੂਲਾਂ ਦੇ, ਇਹ ਦੇਖਣ ਲਈ ਕਿ ਜੇ 40-45 ਸਾਲ ਜਿਹੜੇ ਬੀਤੇ ਨੇ ਉਹਦੇ ਵਿੱਚ ਇਹ ਜੁਆਇੰਟ ਸਾਡਾ ਕਿੰਨਾ ਡਿਸਟਰਬ ਜਾਂ ਕਿੰਨਾ ਖਰਾਬ ਹੋਇਆ। ਆਪਣੀ ਬਲੱਡ ਟੈਸਟ ਦੇ ਨਾਲ ਆਪਣੇ ਬੋਨ ਮੈਟਾਬੋਲਿਜ਼ਮ ਦੀ ਸਕਰੀਨਿੰਗ ਕਰਾਓ, ਕੈਲਸ਼ੀਅਮ, ਵਾਈਟਾਮਿਨ D3, ਵਾਈਟਾਮਿਨ B12, ਯੂਰਿਕ ਐਸਿਡ, ਇਹ ਸਭ ਆਪਣੇ ਆਪ ਇਸ ਪਰਟੀਕੁਲਰ ਏਜ ਵਿੱਚ ਸਕਰੀਨ ਕਰਾ ਕੇ ਦੇਖ ਲੈਣੇ ਚਾਹੀਦੇ ਕਿ ਸਾਨੂੰ ਕੋਈ ਡੈਫੀਸ਼ੀਐਂਸੀ ਤਾਂ ਨਹੀਂ ਹੈ, ਜਿਹਦੇ ਕਰਕੇ ਸਾਡੀ ਬੋਨ ਸੋਫਟ ਹੋ ਰਹੀਆਂ ਹੋਣ ਔਰ ਬੋਨਸ ਉੱਤੇ ਪ੍ਰੈਸ਼ਰ ਪੈ ਰਿਹਾ ਹੋਏ। ਡਾਕਟਰ ਦੇ ਨਾਲ ਬਹਿ ਕੇ ਸਲਾਹ ਕਰੋ ਕਿ ਮੋਡੀਫਿਕੇਸ਼ਨਸ ਵਿੱਚ ਕੀ ਕਰਨਾ ਹੈ ਕਿ ਆਪਾਂ ਆਪਣੇ ਜੋੜਾਂ ਨੂੰ ਚੰਗੀ ਲਾਈਫ ਦੇ ਸਕੀਏ। ਅਤੇ ਜਿਹੜੀ ਮੋਡੀਫਿਕੇਸ਼ਨ ਅਸੀਂ ਕਹਿੰਦੇ ਹਾਂ ਕਿ ਨੀਵੀਂ ਥਾਂ 'ਤੇ ਬੈਠਣਾ ਅਵੋਇਡ ਕਰੋ, ਜਿੰਨਾ ਨੀਵੀਂ ਥਾਂ 'ਤੇ ਬੈਠੋਗੇ ਉਨਾ ਗੋਡੇ ਉੱਤੇ ਭਾਰ ਪਏਗਾ ਅਤੇ ਜੋੜਾਂ ਦੇ ਖਰਾਬ ਹੋਣੇ ਦੇ ਜਿਹੜੀ ਟੈਂਡੈਂਸੀ ਹੈ ਉਹ ਵੱਧ ਜਾਏਗੀ। ਸਪੋਰਟਸ ਸ਼ੂਜ਼ ਦਾ ਮੈਕਸੀਮਮ ਯੂਜ਼ ਕਰੋ, ਰਫ ਸਰਫੇਸ 'ਤੇ ਵਾਕ ਅਵੋਇਡ ਕਰੋ। ਰਨਿੰਗ ਦਾ ਜਿਹੜਾ ਕੋਨਸੈਪਟ ਹੈ ਉਹ
ऑल ऑफ अ सडन अपनी लाइफ स्टाइल विच ना ले आओ जब तक तुहाडे जॉइंट्स नूं बेयर करने की एबिलिटी या उन्हों क्षमता डेवलप ना करन तद तक रनिंग का कॉन्सैप्ट नहीं लेना चाहिए। वॉक इज़ द बेस्ट हेल्थीअर वे टू सेव योर जॉइंट्स, जिन्नी वॉक कर सकते हो करो। टॉयलेट सीट्स या फिर तुहाडे बेड्स ने जो उन्हां दी हाइट्स नूं वधाओ ताकि गोड्यां उत्ते भार जिहड़ा वा ओह घट जाए और गोड्यां नूं लाइफ मिले। यह सब लाइफ स्टाइल मॉडिफिकेशन है। जहाँ तक डाइट की गल है तो डेफिनेटली अपने एक डाइटिशियन नूं मिलो और प्रॉपर डाइट कॉन्सैप्ट अपना डिवेलप करो कि तुसी ओबेसिटी या ओवरवेट वाली कैटेगरी ना आओ, बिकॉज ओबेसिटी या फिर ओवरवेट भी तुहाडे जोड़ां नूं तंग करदे ने और जोड़ जल्दी खराब होंदे ने। ਅਤੇ ਨਾਲ ਦੇ ਨਾਲ ਜੇ ਤੁਹਾਨੂੰ ਕੰਸਲਟੇਸ਼ਨ ਸਾਡੇ ਨਾਲ ਬੁੱਕ ਕਰਨੀ ਹੋਏ ਜਾਂ ਮੇਰੇ ਨਾਲ ਬੁੱਕ ਕਰਨੀ ਹੋਏ ਤਾਂ ਮੈਂ ਹੈਲਥ ਫਾਈਂਡਰ 'ਤੇ ਅਵੇਲੇਬਲ ਹਾਂ। ਤੁਸੀਂ ਹੈਲਥ ਫਾਈਂਡਰ ਦੀ ਸਾਈਟ 'ਤੇ ਜਾ ਕੇ ਹੈਲਥ ਫਾਈਂਡਰ 'ਤੇ ਮੇਰੇ ਨਾਲ ਕੰਸਲਟੇਸ਼ਨ ਆਪਣੀ ਔਨਲਾਈਨ ਬੁੱਕ ਕਰਾ ਸਕਦੇ ਹੋ।